ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਕਿਸਾਨ ਅੰਦੋਲਨ ਸ਼ਾਇਦ ਜਦੋਂ ਲਫ਼ਜ਼ ਆਉਂਦਾ ਹੈ ਤਾਂ ਫਿਰ ਥੋੜਾ ਜਿਹਾ ਮਨ ਉਦਾਸ ਹੁੰਦਾ। ਚਲੋ ਉਹ ਇੱਕ ਸਾਲ ਤੋਂ ਬੈਠੇ ਹੋਏ ਨੇ, 700 ਤੋਂ ਉੱਤੇ ਕਿਸਾਨ ਸ਼ਹਾਦਤ ਦਾ ਜਾਮ ਪੀ ਗਏ ਨੇ, ਬੜੀਆਂ ਤਰੇੜਾਂ ਵਧੀਆਂ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਗੁੱਥਮ ਗੁੱਥਾ ਵੀ ਹੋਏ, ਲੋਕ ਕੇਸ ਵੀ ਬਣੇ, ਮੁਜ਼ਾਹਰੇ ਵੀ ਹੋਏ, ਰੈਲੀਆਂ ਵੀ ਹੋਈਆਂ। ਔਰ ਖਾਸ ਤੌਰ 'ਤੇ ਕੈਨੇਡਾ ਅਮੈਰੀਕਾ ਦੇ, ਕੈਨੇਡਾ ਦੇ ਵਿੱਚ ਤਾਂ ਅਸੀਂ ਕਈ ਤਰ੍ਹਾਂ ਦੀਆਂ ਇੱਥੇ ਹੋਰ ਵੀ ਚੀਜ਼ਾਂ ਵੇਖਣੀਆਂ ਸੁਣੀਆਂ ਵੀ। ਉੱਥੇ ਕਿਸਾਨ ਅੰਦੋਲਨ ਜਿਹੜੇ ਨੇ ਸ਼ਹਾਦਤਾਂ ਦਾ ਜਾਮ ਪੀਣ ਦੇ ਬਾਅਦ, ਅੱਜ ਸ਼ਾਇਦ ਕਿਸਾਨ ਅੰਦੋਲਨ ਜਿਹੜਾ ਹੈ ਉਹ ਮੁੱਕ ਜਾਵੇਗਾ, ਖਤਮ ਹੋ ਜਾਵੇਗਾ। ਚਲੋ ਹੋਪ ਦਾ ਬੈਸਟ, ਚੰਗੀ ਗੱਲ ਹੈ ਜੇ ਕਿਸੇ ਮੁਕਾਮ 'ਤੇ ਪਹੁੰਚਦੇ ਨੇ। ਤੁਹਾਡਾ ਕੀ ਨਜ਼ਰੀਆ, ਕੀ ਕਹਿਣਾ ਚਾਹੋਗੇ? ਇਸ ਵੇਲੇ ਗੱਲ ਕਰੀਏ ਤਾਂ ਬਹੁਤ ਸਾਰੇ ਕਿਸਾਨ ਇੱਥੇ ਪੰਜਾਬ ਪਹੁੰਚ ਚੁੱਕੇ ਹੋ, ਸੋ ਮੇਰੀ ਹੋਪ ਇਹੀ ਹੈ ਕਿਉਂਕਿ ਸਾਰੀਆਂ ਚੀਜ਼ਾਂ ਸਾਫ਼ ਹੋ ਚੁੱਕੀਆਂ ਨੇ, ਸਭ ਕੁਛ ਜਿਹੜਾ ਤੈਅ ਹੋ ਚੁੱਕਾ ਵਾ। ਗੁਰਨਾਮ ਸਿੰਘ ਚੜੂਨੀ ਦਾ ਬਿਆਨ, ਕਿਉਂਕਿ ਦੇਖੋ ਇਹ ਜਿਹੜਾ SKM ਹੈ, ਕਹਿਣ ਸਾਂਝਾ ਕਿਸਾਨ ਮੋਰਚਾ, ਸੰਯੁਕਤ ਕਿਸਾਨ ਮੋਰਚਾ ਆਲ ਇੰਡੀਆ ਦਾ, ਆਲ ਇੰਡੀਆ ਦਾ ਠੀਕ ਹੈ, ਇਹਦੇ ਚ ਕੋਈ ਸ਼ੱਕ ਨਹੀਂ ਹੈ ਕਿ ਆਲ ਇੰਡੀਆ ਤੋਂ ਕਿਸਾਨ ਸੰਗਠਨ ਨੇ, ਪਰ ਇਹਦੇ ਚ ਤਿੰਨ ਪਿੱਲਰ ਨੇ। ਤਿੰਨ ਪਿੱਲਰ ਕਿਹੜੇ ਆ? ਮੁੱਖ ਤੌਰ ਤੇ ਪੰਜਾਬ, ਦੂਸਰੇ ਨੰਬਰ ਤੇ ਹਰਿਆਣਾ, ਤੀਸਰੇ ਨੰਬਰ ਤੇ UP। ਤਾਂ ਸਹਿਮਤੀ ਅਸਹਿਮਤੀ ਇਹਨਾਂ ਦੇ ਦਰਮਿਆਨ ਬਣਨੀ ਹੁੰਦੀ ਆ। ਕਿਉਂ? ਕਿਉਂਕਿ ਪੰਜਾਬ ਦਾ ਆਪਣਾ ਵੀ ਅੱਡ ਤੋਂ ਇੱਕ ਸਾਂਝਾ ਕਿਸਾਨ ਮੋਰਚਾ, ਹਰਿਆਣੇ ਦਾ ਆਪਣਾ, ਤੇ ਉੱਧਰ ਟਕੈਤ ਸਾਹਿਬ। ਇਸ ਕਰਕੇ ਇਹ ਜਿਹੜੇ ਤਿੰਨ ਪਿੱਲਰ ਨੇ ਇਹਨਾਂ ਦੇ ਵਿੱਚ ਸਹਿਮਤੀ ਆ। ਹੁਣੇ ਮੈਂ ਟਕੈਤ ਸਾਹਿਬ ਨੂੰ ਸੁਣ ਕੇ ਹਟਿਆ ਤਾਂ ਉਹਨਾਂ ਨੇ ਕਿਹਾ ਕਿ ਹਾਂ ਅਸੀਂ ਇਹ ਮਤਲਬ ਕਿ ਸਥਾਪਿਤ ਕਰ ਦਿਆਂਗੇ, ਇਹਨੂੰ ਮੁਲਤਵੀ ਕਰ ਦਿਆਂਗੇ, SKM ਦੀ ਜਿਵੇਂ ਸਹਿਮਤੀ ਬਣੇਗੀ ਅਸੀਂ ਇੱਥੋਂ ਉੱਠ ਜਾਵਾਂਗੇ। ਨਹੀਂ ਤਾਂ ਉਹ ਅੱਗੇ ਅਡੀਸ਼ਨਲ ਮੰਗਾਂ ਜੋੜੀ ਜਾ ਰਹੇ ਸੀਗੇ, ਅਸੀਂ ਬੈਂਕਾਂ ਦੇ ਮਾਮਲੇ 'ਚ ਵੀ ਕਰਾਂਗੇ ਸੰਘਰਸ਼, ਅਸੀਂ ਨਵੇਂ ਟਰੈਕਟਰ ਲੈਣੇ ਆ, ਮਤਲਬ ਕਿ ਅਡੀਸ਼ਨਲ ਮੰਗਾਂ ਸੀਗੀਆਂ ਉਹਨਾਂ ਦੀਆਂ, ਅੱਗੇ ਨਾਲ ਜੋੜ ਰਹੇ ਸੀਗੇ, ਤਾਂ ਉਹਨਾਂ ਨੇ ਸਹਿਮਤੀ ਜਤਾ ਦਿੱਤੀ। ਗੁਰਨਾਮ ਸਿੰਘ ਚੜੂਨੀ ਵਾਲੇ ਮਸਲੇ 'ਚ ਹਰਿਆਣੇ ਦੇ ਕਿਸਾਨਾਂ ਨੇ ਸਵਾਲ ਕੀਤਾ ਕਿ ਹਾਂ ਭਾਈ ਜੇ ਕੱਲ੍ਹ ਨੂੰ ਸਰਕਾਰ ਮੁੱਕਰ ਗਈ ਫੇਰ ਕੌਣ ਜ਼ਿੰਮੇਵਾਰ ਹੈ? ਉਹਨੇ ਕੱਢ ਕੇ ਹਰਿਆਣੇ ਸਰਕਾਰ ਦੀ ਚਿੱਠੀ ਦਿਖਾ ਦਿੱਤੀ ਕਿ ਆਹ ਦੇਖ ਲਓ ਪਿਛਲੀ ਚਿੱਠੀ ਹੈ, ਕੇਸ ਆਪਣੇ ਵਾਪਸ ਹੋ ਗਏ ਸਮਝੋ। ਤਾਂ ਇਹਦਾ ਮਤਲਬ ਇਹ ਹੈ ਕਿ ਹਰਿਆਣਾ ਵੀ ਸਹਿਮਤ ਆ, ਪੰਜਾਬ ਤੇ ਪੰਜਾਬ ਵਾਲੇ ਤਾਂ ਪਹਿਲਾਂ ਹੀ ਕਾਹਲੇ ਆ ਕਿ ਭਾਈ ਚੱਲੀਏ ਦਵਾ ਦਵ ਇਲੈਕਸ਼ਨ ਨਾ ਲੰਘ ਜਾਵੇ। ਸੋ ਇਸ ਕਰਕੇ ਪੰਜਾਬ, ਹਰਿਆਣਾ, UP ਤੇ ਸਹਿਮਤੀ, ਅਸਹਿਮਤੀ ਦਾ ਹੁਣ ਇੱਥੇ ਕੱਲ ਹੀ ਹੋ ਜਾਣਾ ਸੀ ਸਾਰਾ ਕੰਮ। ਇੱਕ ਤੇ ਇਹ ਆ ਕਿ ਬਿਪਿਨ ਰਾਵਤ ਜੀ ਦਾ ਹਾਦਸਾ ਹੋ ਗਿਆ, ਜਹਾਜ਼ ਕ੍ਰੈਸ਼ ਹੋ ਗਿਆ, ਉਹ ਬੜੀ ਵੱਡੀ ਖਬਰ ਸੀਗੀ, ਬੜੀ ਵੱਡੀ ਕੀ ਦੁਖਦ ਖਬਰ ਆ, ਇੰਡੀਆ ਦੇ ਲਿਹਾਜ਼ ਨਾਲ ਦੇਖੋਗੇ ਤਾਂ ਸੋਗਮਈ ਮਾਹੌਲ ਸੀਗਾ ਕੱਲ। ਤਾਂ ਇੱਕ ਤੇ ਉਹ ਸੀ, ਦੂਸਰਾ ਇਹ ਸੀਗਾ ਕਿ ਚਿੱਠੀ ਜਿਹੜੀ ਆ ਉਹ ਜਿਹੜਾ ਸ਼ੇਰ ਦਾ ਮੂੰਹ ਹੁੰਦਾ ਉਹ ਵਾਲੀ ਚਿੱਠੀ ਨਹੀਂ ਸੀ ਆਈ, ਭਾਰਤੀ ਸਰਕਾਰ ਦੀ ਆਫੀਸ਼ੀਅਲ ਚਿੱਠੀ ਨਹੀਂ ਸੀਗੀ, ਮਤਲਬ ਕਿ ਉਹਨਾਂ ਨੇ ਦੂਜੀ ਚਿੱਠੀ ਕੱਲੀ ਸੀਗੀ। ਜਿਵੇਂ ਹੀ ਅੱਜ ਆਫੀਸ਼ੀਅਲ ਚਿੱਠੀ ਆ ਜਾਏਗੀ ਕਿ ਆਹ ਚੀਜ਼ਾਂ ਭਾਈ ਇਹਦੇ ਤੇ ਅਸੀਂ ਸਹਿਮਤ ਆ, ਤੁਹਾਡੀ ਮੰਗ ਪ੍ਰਵਾਨ ਕਰਦੇ, ਗੱਲ ਖਤਮ ਹੈ ਬਸ। ਤੋਂ ਐਲਾਨ ਹੀ ਹੋਏਗਾ ਅੱਜ, ਔਰ ਐਲਾਨ ਇਹੀ ਹੋਏਗਾ ਕਿਉਂਕਿ ਕਿਸਾਨ ਆਗੂ ਜਸ਼ਨ ਮਨਾ ਰਹੇ ਨੇ, ਕਿਸਾਨ ਆਗੂ ਸਾਫ਼ ਕਰ ਰਹੇ ਨੇ ਕਿ ਅਸੀਂ ਚੱਲੇ ਹਾਂ। ਹਾਂ, ਜਾਣ ਤੋਂ ਬਾਅਦ ਕੀ ਹੋਏਗਾ ਉਹ ਹਾਲੇ ਵੀ, ਮੈਂ ਤਾਂ ਹੁਣ ਦੇਖੋ ਅਸੀਂ ਤਾਂ ਕਈ ਪੱਖਾਂ ਤੋਂ ਸੋਚਦੇ ਵਿਚਾਰਦੇ ਹਾਂ, ਬਹੁਤ ਕੁਛ ਹੋਣਾ ਬਾਕੀ ਆ। ਕਿਸਾਨ ਅੰਦੋਲਨ ਕਦੇ ਨਾ ਖਤਮ ਹੋਏ, ਨਾ ਕਿਸਾਨਾਂ ਦੀਆਂ ਮੁਸ਼ਕਲਾਂ ਖਤਮ ਹੋਈਆਂ। ਗੱਲ ਇਹ ਵਾ ਕਿ MSP ਦਾ ਮੇਨ ਝਗੜਾ, ਦੂਜੇ ਕੁਛ ਵੀ ਨੀ, ਮੈਂ ਤੁਹਾਨੂੰ ਅੱਗੇ ਵੀ ਕਹਿੰਦਾ ਆ, ਦੂਜੇ ਕੁਛ ਵੀ ਮਾਮਲੇ ਨੀ ਹੈਗੇ, ਮਾਮਲੇ ਬਹੁਤ ਵੱਡੇ ਆ ਪਰ ਸਰਕਾਰ ਦੇ ਗਾੜੀ, ਸਰਕਾਰ ਦੇ ਅੱਗੇ ਉਹ ਕੋਈ ਬਹੁਤੇ ਵੱਡੇ ਮੁੱਦੇ ਨੀ ਹੈਗੇ, ਕੋਈ ਮੁੱਦੇ ਨੀ ਹੈਗੇ। ਕਿਉਂ? ਕਿਉਂਕਿ ਕੇਸ ਵਾਪਸ ਕਰਨੇ ਉਹਨਾਂ ਨੇ, ਫਾਈਲ ਕਰਨੇ ਆ ਕੇਸ ਉਹਨਾਂ ਨੇ, ਰਜਿਸਟਰ ਕਰਕੇ ਉਹਨਾਂ ਨੇ ਖਾਰਜ ਕਰਨੇ, ਉਹਨਾਂ ਦੇ ਹੱਥ ਵੱਸ ਆ, ਕਲਮੀ ਚੱਲਣੀ ਆ। ਸੈਕਿੰਡ ਚੀਜ਼ ਕਿ ਮੁਆਵਜ਼ਾ ਵੀ ਕੋਈ ਭਾਰਤ ਸਰਕਾਰ ਅੱਗੇ ਮੁਆਵਜ਼ਾ ਵੱਡੀ ਗੱਲ ਨਹੀਂ ਹੈ। ਪੰਜਾਬ ਦਾ ਆਪਾਂ ਜੇ ਪੈਟਰਨ ਮੰਨ ਲਈਏ 5-5 ਲੱਖ ਰੁਪਇਆ, ਤਾਂ ਜਿਹਦੇ ਵਿੱਚ ਪੰਜਾਬ ਦੇ ਕਿਸਾਨਾਂ ਨੂੰ ਆਲਰੇਡੀ ਦਿੱਤਾ ਜਾ ਚੁੱਕਾ ਹੈ, ਤਾਂ ਜੇ ਮੁਆਵਜ਼ਾ ਦੇ ਵੀ ਦੇਣਗੇ ਉਹਨਾਂ ਦੀ ਕੋਈ ਵੱਡੀ ਰਕਮ ਨਹੀਂ, ਟੈਕਸ ਪੇਅਰਸ ਦਾ ਪੈਸਾ ਹੈ। ਬਾਕੀ ਜੋ ਬਿਜਲੀ ਸੋਧ ਬਿੱਲ ਹੈ ਜਾਂ ਪਰਾਲੀ ਵਾਲਾ, ਉਹ ਕੋਈ ਏਡਾ ਵੱਡਾ ਇਸ਼ੂ ਨਹੀਂ ਹੈਗਾ ਸਰਕਾਰ ਅੱਗੇ, ਤਾਂ ਉਹ ਟਾਲ ਵੀ ਸਕਦੇ ਆ, ਉਹ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਕੰਸੀਡਰ ਵੀ ਕਰ ਸਕਦੇ, ਸਾਰਾ ਕੁਛ ਹੋ ਸਕਦਾ ਹੈ। ਮੇਨ ਗੱਲ ਹੈ MSP ਦੀ, ਤਾਂ MSP ਦਾ ਜਿਹੜਾ ਨਿਬੇੜਾ ਸੀ ਉਹ ਨਹੀਂ ਹੋਇਆ, MSP ਦਾ ਨਿਬੇੜਾ ਹੋਊਗਾ ਵੀ ਨਹੀਂ ਹਾਲ ਦੀ ਘੜੀ। ਔਰ ਸਭ ਤੋਂ ਵੱਡੀ ਗੱਲ ਆ ਕਿ CACP ਉਹਦੇ ਕੋਲ ਕੋਈ ਵਿਧਾਨਕ ਦਰਜਾ ਨਹੀਂ, ਸਾਡੇ ਵਰਗੇ ਪਿਛਲੇ ਲੰਮੇ ਸਮੇਂ ਤੋਂ ਇਹ ਗੱਲ ਕਹਿ ਰਹੇ ਸੀਗੇ ਕਿ ਕਾਹਲੀ ਨਾ ਕਰਿਓ,
जे हुण तुसीं लगे हो तां एक दो मंगा होर विच पवा लो कि खेती लागत अते मुल कमिशन नूं विधानक दर्जा जदों तक नहीं दवाउंदे। फर्ज करो, मैं तुहानूं समझाउणा, मैं हरेक मंच ते गल कही हुई आ, जिथे भी मैं बोलदा, जिस रेडियो, जिस चैनल ते। सीएसीपी दा मतलब की है? खेती लागत अते मुल कमिशन। खेती लागत अते मुल कमिशन ने लागत तय करके अगे सिफारिश भेजनी है कि इन्ना मुल दिओ जी, इन्नी लागत बनती है। अगे कैबिनेट ने प्रवान करना है, कैबिनेट की मर्जी है, उहनूं देवे या ना देवे, घट देवे वध देवे। क्यों? क्योंकि वह जिहड़ा खेती लागत अते मुल कमिशन है उहदे कोल संविधानक दर्जा नहीं है, समझदे तुसीं? तां जद उहदे कोल संविधानक दर्जा नहीं, पावर तां सारी हैगी है कैबिनेट दे कोल, केंद्रीय कैबिनेट दे कोल। ते दूजी गल आ कि सीसीएल कैश क्रेडिट लिमिट, जो पैसा आना खरीद वास्ते, वह भी केंद्र सरकार के हाथ ही है सारा कुछ। सो ये दो तीन नुकते ने, काफी गुंझलदार नुकते ने, समझने की जरूरत है। इन्हों किसान आगू समझते हैं, कुछ किसान आगू एक्सपर्ट ही रखते पर शकल गए ने, वो बिल्कुल बोलते नहीं हूं इस मुद्दे से कि खेती लागत अते मुल कमिशन। फर्ज करो, कणक का रेट 2500 भेजते हैं दो साल नू, साल नू, पर भारत सरकार कहती कि नहीं, सानू लगता कि 2500 नहीं 2300 देने, क्योंकि वो संविधानक कोई दर्जा नहीं रखता, उथे कोई उहदा कोई वक्त वाला काम ही नहीं रहूगा। तो एक टैक्निकली चीजा ने इन्हों समझण की जरूरत है। हाँ, हुण यह है कि एम एस पी की कमेटी के जिहड़े किसान आगू आ, इन्हों यह मुद्दा जिहड़ा उहदे विच जरूर रखना चाहिए कि भाई साडा सारा ढांचा इस तरह का तैयार करो ताकि सानू एक तो C2+50% रेट दिता जाए, प्लस MSP, CACP वाला मसला और CCL वाला मसला, ये सारे जिहड़े कि इंटरलिंक ने आपस दे विच, कि इन्हां नूं सारिआं नूं हल कीता जावे इक्को सते। जी, मेरे नाल कॉलर ने आओ, देख देंगे कहना चाहुंदे। वेलकम जी, ਸਤਿ ਸ੍ਰੀ ਅਕਾਲ ਚਾਵਲਾ ਸਾਹਿਬ। ਸਤਿ ਸ੍ਰੀ ਅਕਾਲ ਮਿੰਟੂ ਭਾਜੀ। ਮੈਂ ਵੀ, ਮੇਰਾ ਕੁਐਸਚਨ ਇਹ ਸੀਗਾ ਵੀ ਜਿਵੇਂ ਇਹਨਾਂ ਨੇ ਕਿਹਾ ਵੀ ਸਰਕਾਰ ਦੀ ਉਹ ਸ਼ੇਰ ਵਾਲੀ ਚਿੱਠੀ ਨਹੀਂ ਆਈ ਵੀ ਸਟੈਂਪ ਲਾ ਕੇ, ਤੇ ਚਿੱਠੀ ਦਾ ਮਿੰਟੂ ਭਾਈ ਨੂੰ ਇਹ ਪੁੱਛਣਾ ਵੀ ਕੀ ਵੈਲਿਊ ਆ? ਕੱਲ੍ਹ ਨੂੰ ਸਰਕਾਰ ਦੂਜੇ ਪਾਸੇ ਨੂੰ ਤੋਂ ਚਿੱਠੀ ਕੱਢ ਸਕਦੀ ਹੈ, ਇਹ ਚਿੱਠੀ ਦੀ ਕੀ ਵੈਲਿਊ ਹੈ? ਕਿ ਕੋਰਟ ਦੇ ਵਿੱਚ ਮੁੜ ਕੇ ਚੈਲੰਜ ਕਰ ਸਕਦੇ ਇਹ ਚਿੱਠੀ ਦੇ ਆਧਾਰ ਤੇ ਵੀ ਜੇ ਇਹ ਨਹੀਂ ਮੰਨਦੇ ਕੱਲ੍ਹ ਨੂੰ ਕੋਈ ਚੇਂਜਸ ਕਰਦੀ ਹੈ ਸਰਕਾਰ, ਕਿ ਇਹ ਬਸ ਇੱਕ ਰਸਮੀ ਜਿਹਾ ਕੰਮ ਆ ਬਸ ਹੁਣ? ਦੈਟ ਇਜ਼ ਮਾਈ ਕੁਐਸਚਨ, ਥੈਂਕ ਯੂ। नहीं देखो, गल ये कि रस्मी चीज भी तो फिर ऑफिशियली कागज से तो होनी चाहिए है ना। असि पांच मरलियां का सौदा करते हैं सरदार जी, असि जुबान से नहीं करते, जुबान से नहीं खलोंदे, असि कहने अस्ताम ही भर दी, अस्ताम ही भर दी। सो इस करके घट्टो घट जड़ी गरंटी सरकार देना चाहती है कि असि देखो आडिया मंगा प्रवान करने हैं। इन्होंने पहला यही गल कही सी, जे इतवार ही हों, तो फिर जिदन प्रधानमंत्री बोलिया कि प्रधान, मैं उस दिन भी कुछ बहुत इतों अपनी प्रोग्राम च भी निकलिया कि अजिहा होएगा, तो मैं कहा कि प्रधानमंत्री के बोले शब्द जे प्रधानमंत्री पुठे लैंदा ना इस मामले च, तो कानून लिया नालों भी ज्यादा। बिल्कुल बिल्कुल, आप गल की थी भी नहीं हूं तो हो गए हर हाल के सदन के, इन्होंने कहा कि जब तक पास नहीं होंगे तब तक असं नहीं मना, उन्होंने पास कर दिते। हम यही चीज आ कि सरकार की जिहड़ी चिट्ठी का मतलब यह है कि सरकार लिख के दे रही है कि हाँ भाई असीं तुहाडियां मंगां प्रवान कर लईआं, और इन्हां इन्हां चीजा ते असीं अगे यह जिहड़ा होएगा जो भी वर्कआउट करना वह करांगे। तो इस करके ऑफिशियल चिट्ठी लैण दे विच तां कोई अर्ज नहीं है ना, जे आपां एक जॉब लैने तो वो भी अपॉइंटमेंट लैटर भी लैने ना, कि हाँ भाई सानू अपॉइंटमेंट लैटर जो मिलेगा उदों मन्नांगे कि जॉब मिल गई आ। जी चलो, थोड़ा जिहा ट्विस्ट करदे आ गलबात दे विच, पंजाब दे प्याकड़ा नूं खजाना भरना पवेगा, पंजाब दे प्याकड़ा दे कोई टैक्स एक्सट्रा ठोकन जा रही सरकार जां दारू महंगी करन जा रही है? नहीं जी, कल सवाल भी उठा सीगा कि रेवेन्यू डिपार्टमेंट दा, तां उहदे विच अज इन्होंने टीचा जिहड़ा नवें सिर तों मिथ दित्ता वा। मैं तुहानूं कहा सीगा कि टीचा इक रख्या जांदा रेवेन्यू जो हुंदा एक्साइज दा, कि रेवेन्यू डिपार्टमेंट का सच अड आ गया ना, माल विभाग आ गया, तो एक्साइज डिपार्टमेंट का जिहड़ा रेवेन्यू का एक टीचा मिथ्या जांदा। तो टीचे दे विच की आ कि जे तुसीं देखोगे, एक तो आ कि नवंबर महीने जी कहिंदे कि 25 करोड़ का फायदा होया, कल सर कह के गए सन कि घाटा होया, तो इतने कल ही डाटा उन्हों का जिहड़ा बाहर आ गया, वह कहिंदे आ कि नवंबर महीने च ही 25 करोड़ का फायदा होया एक्साइज, मतलब कि जरा शराब वाला काम है। तो दूसरी गल ये
वो कहते हैं कि इस वारी जिहड़ा शराब तो मालिया एकत्र करना उसका टारगेट होगा 7,000 करोड़ रुपया। 7,000 करोड़ रुपया कमाने का मतलब कि टीचा रख लिया तो 7,000 करोड़ रुपया जिहड़ा रेवेन्यू मतलब के पंजाब सरकार का इकट्ठा होता उहदे च एक बहुत वड्डा हिस्सा है तकरीबन ला लो कि 10वां हिस्सा तो इधरों ही आ गया ना रेवेन्यू च ही आ गया इधरों एक्साइज दे विचों आ गया। सो कल भी जिहड़ी गल हुई सी मैं उस गल नूं अग्गे तोरदा कि इस मालिए नूं होर भी वधाया जा सकदा क्योंकि शराब की खपत तो घटा नहीं जा घटाई नहीं जा सकती इन्होंने ठेके घटाने की होंगे ठेके वधाने होंगे हरेक साल। दिल्ली के भी तुम देखो अरविंद केजरीवाल गवर्नमेंट ने तकरीबन सारी अपनी पॉलिसी चेंज कर दी है। सो गल यह है कि सारिया सरकार का यही हाल है तो टीचा जरा 7,000 करोड़ का मिथ्या गया उस टीचे की यह सर कर पाते हैं या नहीं ये तो हूँ प्याकर जानन वेचन वाले जानन पाई। दोस्तों तुसी सुनते देखते जा रहे हो चावला न्यूज़ नैटवर्क टोरंटो। अगला पंजाब दे विच अगला क्वेश्चन तुहाडा हो सकदा है 905-813-1320-9058-13132। हुण आपां फिर राजनीति वाले पासे नूं आ जांदे आ। अकाली दल बादल दे बयान ने नवीं चर्चा छेड़ दित्ती है, की कहना चाहोगे? हां जी देखो इन्हां ने जिहड़ा बयान दित्ता वा कल काफी चलो कि हैरानगी वाला बयान है, हैरानगी वाला नहीं काफी जिदा कह लो कि भाजपा नूं तां चिड़ाउण वाला बयान हुई है क्योंकि इन्होंने सारा कुछ है जिहड़ा वो हुण खोलना स्टार्ट कर दिता है। दरअसल की है कि यह तो चीज जिहड़ी है ना हुण तय ही है कि पंजाब दे विच सिरसा नूं भाजपा अगे लाएगी और सिरसा नूं अगे लाउण दे चक्कर दे विच कुछ अजिहा कीता भी जाएगा कि जो दिखेगी मतलब कि जिदा हुण कंसो है कि गुरुद्वारा ज्ञान गुरुदरी साहब है जिहड़ा उहदा कोई मसला हल हो सकदा है जां कुछ ऐसे मिसाइल ने जिहड़े कि अड़किया का शिकार ने तां उह मिसाइल जिहड़े हल कीते जा सकदे आ। इस करके मतलब कि मनजिंदर सिंह सिरसे वास्ते ग्राउंड तैयार किया जा रहा वा तां मनजिंदर सिंह सिरसे दा तुहानूं पता ही अकाली दल दे नाल रिश्ता ही है, रिश्ता क्या कहलाता हुण तां पुराणा हो गया भाजपा दे नाल उहदा रिश्ता पुराणा सी ते बाद दे विच नवें सिरों फिर गंढिया गया। हुण इहो जिहे मौकिआं ते जदों मतलब कि भाजपा अपना ग्राउंड छेती नाल मजबूत करना चाहती है तो उस सूरत हाल नूं वेख के उस चीज नूं भाप के इन्होंने बयान दिता वा तो वह बयान बहुत मायने खेलती है। वह बयान राजनीतिक हालात नूं बयान दा भी नाल मैं देखदा कि कितें ना कितें अकाली दल के अंदर का जिहड़ा धुड़कू है जां इक कालपन हुंदा है कई बार कि यार इदा होएगा कि नहीं होएगा जो होएगा तो कदों होएगा नजर आता क्योंकि इन्होंने ट्वीट कल किया कल हरचरण सिंह बैंस ने जेडे के इस वे सुखबीर सिंह बादल के सलाहकार आ उन्होंने कहा कि अगर भारत के घट गिणतियां या सिखा जिंदे रहना तो श्रोमणी अकाली दल में इस बार जितना ही होएगा। ये रिएक्ट किया भाजपा ने, भाजपा भी रिएक्ट करेगी परंतु ये मायने इस तरीके ही आप जोड़ सकते हैं कि कितने ना कितने भाजपा टारगेट कर रहे हैं, भाजपा टारगेट कर रहे, भाजपा ता ही रिएक्ट करेगा। तो मैं जिम्मे तुम्हें कहा कि भाजपा की जी जमीन है वो आप पता ही है कि वह ज्यादातर शहरी इलाकों के मजबूत है, शहरी इलाकों च किसी समय अकाली दल भी एक बहुत वड्डा वोट शेयर जिहड़ा हासिल करता सीगा पर हुण समीकरण बदल रहे हैं। हुण देखो जिहड़ा अमरिंदर सिंह आ, अमरिंदर सिंह कहिंदा नैशनल सिक्योरिटी साडा मुख मुद्दा, नैशनल सिक्योरिटी, वह नैशनल सिक्योरिटी नूं मुख तौर पर उभारदे ने। इधर अकालियां ने एक नवी चीज उभारनी स्टार्ट कर दी, एक घट गिणतियां और देखो जब ये मॉब लिंचिंग हो रही थी जब बहुत टारगेट किया गया ये अलायंस पार्टनर होने के बावजूद भी कदे कश्मीर दे विच भी जो हुंदा कदे उहदे ते खुल के नहीं सी बिल्कुल अज हुण उहनां नूं घट गिणतियां का ख्याल आया तो ख्याल ये भी नहीं आया मैं जिन्हें कहा कि कितने ना कितने ये अकाली दल बादल दे अंदर नहीं क्योंकि हरचरण सिंह बैंस कोई साधारण आगू नहीं है कि किसी ने कारकुन ने चक के ट्वीट कॉपी पेस्ट कर दिता यहोजा नहीं है। हरचरण सिंह बैंस बहुत पढ़े लिखे
ਬੜੇ ਤਗੜੇ ਰਣਨੀਤੀਕਾਰ ਨੇ ਇਹਨਾਂ ਦੇ, ਬਹੁਤ ਤਗੜੇ ਥਿੰਕ ਟੈਂਕ ਦੇ ਵਿੱਚੋਂ ਇੱਕ ਨੇ। ਸੋ ਇਸ ਕਰਕੇ ਇਸ ਬਿਆਨ ਨੂੰ ਆਪਾਂ ਸਧਾਰਨ ਤਰੀਕੇ ਨਾਲ ਨਹੀਂ ਲੈ ਸਕਦੇ। ਇਹ ਅਕਾਲੀ ਦਲ ਦੀ ਜਿਹੜੀ ਇੱਕ ਤਾਂ ਰਣਨੀਤਿਕ ਸ਼ਿਫਟਿੰਗ ਹੈ ਉਹ ਦੇਖ ਰਹੇ ਹਾਂ ਕਿ ਬਾਬਾ ਦਾ ਹੁਣ ਉਹਨਾਂ ਨੂੰ ਘੱਟ ਗਿਣਤੀਆਂ ਦਾ ਵੀ ਖਿਆਲ ਆ ਰਿਹਾ, ਦੂਸਰਾ ਕਿ ਮਨ ਦੇ ਵਿੱਚ ਜਿਹੜਾ ਇੱਕ ਧੁੜਕੂ ਹੁੰਦਾ ਉਹ ਵੀ ਬਾਹਰ ਆ ਰਿਹਾ। ਕਿਉਂਕਿ ਜੇ ਮਨ ਜੇ ਆਪਾਂ ਦੇਖੀਏ ਮਨਜਿੰਦਰ ਸਿੰਘ ਸਿਰਸਾ ਨੂੰ ਵੀ ਛੱਡ ਦਿਓ, ਸਾਰਾ ਕੁਛ ਛੱਡ ਦਿਓ, ਅਮਰਿੰਦਰ ਸਿੰਘ ਨੇ ਜਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਡਿਵੈਲਪਮੈਂਟ ਤੇ ਵੋਟ ਮੰਗਣੇ ਹੁੰਦੇ ਨਾ, ਤਾਂ ਫਿਰ ਦੋਨਾਂ ਦੇ ਬਹਾਨੇ ਜਿਹੜੇ ਆ ਨਾ ਉਹ ਇਹੋ ਜਿਹੇ ਨਾ ਹੁੰਦੇ। ਬਿਲਕੁਲ ਜੀ, ਸਾਡੇ ਸਟੂਡੀਓ ਦੇ ਵਿੱਚ ਆਏ ਸੀ, ਬੜੀ ਲੰਬੀ ਚੌੜੀ ਇੰਟਰਵਿਊ ਅਸੀਂ ਬੈਂਸ ਸਾਹਿਬ ਨਾਲ ਕੀਤੀ ਸੀ, ਔਰ ਸ਼੍ਰੋਮਣੀ ਅਕਾਲੀ ਦਲ ਦਾ ਜਿਹੜੀ ਪਿਛਲੇ ਪਾਸੇ ਜਿਹੜੀ ਸੋਚ ਹੈ ਨਾ ਉਹ ਮਤਲਬ ਨੈਕਸਟ ਟੂ ਜੇਕਰ ਬਾਦਲ ਸਾਹਿਬ ਨੂੰ ਮੰਨਿਆ ਜਾਂਦਾ ਤਾਂ ਉਹ ਮੇਰੇ ਖਿਆਲ ਦੇ ਵਿੱਚ ਬੈਂਸ ਸਾਹਿਬ ਦਾ ਕਹਿਣਾ ਸੁਖਬੀਰ ਵੀ ਨਹੀਂ ਮੋੜਦੇ, ਇੱਥੋਂ ਤੱਕ ਇੰਨੀ ਮਤਲਬ ਉਹਨਾਂ ਦੀ ਪੁੱਛਗਿੱਛ ਹੈਗੀ ਇਸ ਫੈਮਿਲੀ ਦੇ ਵਿੱਚ, ਇਸ ਪਾਰਟੀ ਦੇ ਵਿੱਚ। ਖੈਰ ਸੀ ਜੇ ਮਾਰ 1300, ਕਿਉਂਕਿ ਅੱਜ ਦੀ ਨਹੀਂ ਗੱਲ ਮੈਂ ਕਰ ਰਿਹਾ, ਅੱਜ ਤੋਂ ਮੈਂ ਤਕਰੀਬਨ 15 ਸਾਲ ਪਹਿਲਾਂ ਜਦੋਂ ਅਸੀਂ ਬੈਲ 'ਤੇ 2 ਘੰਟੇ ਪ੍ਰੋਗਰਾਮ ਕਰਦੇ ਸੀ TV 15 ਜਾਂ 16 ਸਾਲ ਪਹਿਲਾਂ ਮੇਰੀ ਤਕਰੀਬਨ ਰੇਡੀਓ 'ਤੇ 2 ਘੰਟੇ ਉਹਨਾਂ ਨਾਲ ਗੱਲਬਾਤ ਚੱਲੀ ਸੀ ਇੱਥੇ, ਅਤੇ ਇਹੋ ਜਿਹੇ ਸਵਾਲ ਸੀ ਵੀ ਬੈਨ ਸਾਹਿਬ ਨੂੰ ਇਹ ਕਹਿ ਕੇ ਉੱਠਣਾ ਪਿਆ ਸੀ, ਉਹ ਰਿਕਾਰਡਿੰਗ ਮੇਰੇ ਕੋਲ ਹੈਗੀ ਹੈ ਕਿ ਨੌਲੇਜ ਰੱਖਦੇ ਹੋ ਚਾਵਲਾ ਜੀ, ਕਿਉਂਕਿ ਮੈਂ ਪੜ੍ਹ ਕੇ ਅਤੇ ਫਿਰ ਮੈਨੂੰ ਪਤਾ ਸੀ ਮੇਰਾ ਟੱਕਰ ਕਿਹਦੇ ਨਾਲ ਹੁੰਦੀ ਹੈ, ਅਤੇ ਮੈਂ 2 ਦਿਨ ਪਹਿਲਾਂ ਤਿਆਰੀ ਕੀਤੀ ਸੀਗੀ ਬੈਨ ਸਾਹਿਬ ਦੇ ਨਾਲ ਇੰਟਰਵਿਊ ਕਰਨ ਤੋਂ ਪਹਿਲਾਂ, ਫਿਰ TV ਦੀ ਵੀ ਇੰਟਰਵਿਊ ਮੇਰੇ ਕੋਲ ਪਈਆਂ ਨੇ ਰਿਕਾਰਡ, ਅਤੇ ਬਾਕੀ ਕਹਿੰਦੇ ਦਰਦ ਵੀ ਰੱਖਦੇ ਹੋ ਅਤੇ ਨੌਲੇਜ ਵੀ ਹੈਗੀ ਹੈ, ਨਹੀਂ ਤਾਂ ਸਾਨੂੰ ਪੱਤਰਕਾਰ ਸਵਾਲ ਹੀ ਨਹੀਂ ਪੁੱਛ ਸਕਦੇ ਜਿਹੜੇ ਤੁਸੀਂ ਪੁੱਛ ਰਹੇ ਹੋ ਖੋਜ ਕੇ। ਸੋ ਤਿਆਰੀ ਕਰਕੇ ਸਵਾਲ ਕੀਤੇ ਸੀਗੇ ਅਤੇ ਅੱਛੀ ਰਹੀ ਸੀ ਇੰਟਰਵਿਊ, ਤੋਂ ਉਦੋਂ ਇਹ ਸਾਰੀਆਂ ਗੱਲਾਂ ਸਾਹਮਣੇ ਸੋਚ ਮਤਲਬ ਜੇ ਵੇਖਿਆ ਜਾਵੇ ਤਾਂ ਬਹੁਤ ਵੱਡੀ ਜਿਹੜੀ ਤੁਸੀਂ ਗੱਲ ਕਹੀ ਹੈ ਨਾ ਕਿ ਬਹੁਤ ਵੱਡਾ ਕੱਦ ਆ ਉਹਨਾਂ ਦਾ ਜੋ ਬਿਆਨ ਦਿੱਤਾ, ਬੜਾ ਸੋਚ ਸਮਝ ਕੇ ਦਿੱਤਾ ਗਿਆ। ਅੱਛਾ, ਕੁਝ ਹਟ ਕੇ ਇੱਕ ਸਵਾਲ ਕਰਨ ਲੱਗਾ ਮੈਂ ਕਿ ਸੁਨੀਲ ਜਾਖੜ ਹੁਣੀ ਅਜੇ ਵੀ ਰੁੱਸੇ ਹੋਏ ਜਾਪਦੇ ਨੇ, ਆਪਦਾ ਵੀ ਦਿੱਤਾ ਗਿਆ, ਅਜੇ ਵੀ ਰੁੱਸੀਆਂ ਫਿਰਦੀਆਂ ਨੇ ਸਰਕਾਰਾਂ, ਕੀ ਕਾਰਨ ਹੈ? ਸੋਸ਼ਲ ਮੀਡੀਆ ਦੇ ਜ਼ਰੀਏ ਇਹ ਚੀਜ਼ਾਂ ਆਪਾਂ ਦੇਖਦੇ ਹਾਂ, ਤੇ ਮੈਂ ਪਤਾ ਨੀ ਮਿਸ ਕਰ ਗਿਆ ਹੋਵਾਂਗਾ ਜੇ ਕੋਈ ਲੇਟੈਸਟ ਹੋਈ ਹੈ, ਪਰ ਮੇਰੇ ਖਿਆਲ ਦੇ ਨਾਲ ਐਸਾ ਨਹੀਂ ਹੈ। ਸੁਨੀਲ ਜਾਖੜ ਨੂੰ ਬਹੁਤ ਵੱਡਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਮਾਰਕੇ ਦਾ ਅਹੁਦਾ ਦੇ ਦਿੱਤਾ ਗਿਆ, ਜਿਹਦੇ ਚ ਟਿਕਟਾਂ ਦੀ ਵੰਡ ਦੇ ਵਿੱਚ ਉਹਦਾ ਪ੍ਰਭਾਵ ਰਹੂਗਾ, ਔਰ ਖਾਸ ਤੌਰ ਤੇ ਜੇ ਦੇਖੋਗੇ ਤਾਂ ਸਿੱਧੂ ਸਾਹਿਬ ਦੇ ਆਲੇ ਦੁਆਲੇ ਸਾਰੇ ਭੂੰਡ ਹੀ ਇਕੱਠੇ ਕਰ ਦਿੱਤੇ ਗਏ, ਮਾਖਣ ਤੋਂ ਲੈ ਕੇ ਪ੍ਰਤਾਪ ਸਿੰਘ ਬਾਜਵਾ, ਸੁਨੀਲ ਜਾਖੜ, ਔਰ ਜਿਹੜੇ ਜ਼ਿਲ੍ਹਾ ਕੋਆਰਡੀਨੇਟਰ ਵੀ ਲਾਏ ਇਹਨਾਂ ਨੇ, ਉਹ ਸਾਰੇ ਦੇ ਸਾਰੇ ਹੀ ਬਾਹਰ ਲਿਆ। ਸਿੱਧੂ ਦੀ ਪਾਵਰ ਦੇ ਪਰਜ ਦੇ ਆ, ਬੜੀ ਚਲਾਕੀ ਨਾਲ ਉਹਨਾਂ ਨੇ ਉਤਰੇ ਆ। ਬਿਲਕੁਲ ਬਿਲਕੁਲ ਬਿਲਕੁਲ, ਸਿੱਧੂ ਵੀ ਇਸ ਚੀਜ਼ ਨੂੰ ਸਮਝਦਾ ਹੀ ਹੋਵੇਗਾ, ਕਿਹੜੀ ਨਹੀਂ ਸਮਝਦਾ। ਅੱਛਾ, ਪ੍ਰਿਯੰਕਾ ਗਾਂਧੀ ਤੇ ਜੋਗੀ ਦੀ ਜਿਹੜੀ ਹੈ ਉਹ ਹੁਣ ਬਿਆਨਬਾਜ਼ੀ ਆਈ ਹੈ, ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਮੇਰੇ ਧਰਮ ਬਾਰੇ ਮੈਨੂੰ ਜੋਗੀ ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ, ਟੈਕਸ ਮੈਂ ਵੇਖ ਰਿਹਾ ਵੀ ਪੁੱਛਦਾ, ਮਹਿਲਾਵਾਂ ਲਈ ਚੋਣ ਮਨੋਰਥ ਪੱਤਰ ਜਾਰੀ ਹੋਇਆ, ਕੀ ਕਹਿਣਾ ਚਾਹੋਗੇ? ਜੀ ਦੇਖੋ, ਚੋਣ ਮਨੋਰਥ ਪੱਤਰ ਚ ਤਾਂ ਉਹਨਾਂ ਨੇ ਇਹ ਗੱਲ ਕਹੀ ਆ ਕਿ 25% ਅਸੀਂ ਰਿਜ਼ਰਵੇਸ਼ਨ ਦੇਵਾਂਗੇ ਪੁਲਿਸ ਦੇ ਵਿੱਚ ਮਹਿਲਾਵਾਂ ਨੂੰ, ਬੀਬੀਆਂ ਨੂੰ। ਅੱਛੀ ਗੱਲ ਹੈ, ਚੰਗੀ ਗੱਲ ਆ, ਪਰ ਜੋ ਰਿਜ਼ਰਵੇਸ਼ਨ ਇੱਥੇ ਪੰਜਾਬ ਦੇ ਵਿੱਚ ਇਹਨਾਂ ਨੇ ਐਲਾਨਿਆ ਸੀ ਕਿ ਉਹ ਸਾਰਾ ਪੂਰੇ ਦਾ ਪੂਰਾ ਹੋ ਗਿਆ ਵਾ, ਤੁਸੀਂ ਦੇਖ ਲਓ MP ਕਿੰਨੀਆਂ ਕੁ ਮਹਿਲਾਵਾਂ ਬਣਾਈਆਂ ਇਹਨਾਂ ਨੇ, 50% ਬਣਾ ਤੀਆਂ ਕੀ, 50% ਟਿਕਟਾਂ ਦੇਣਗੇ। ਸੋ ਗੱਲਾਂ ਇਹ ਹੁੰਦੀਆਂ ਨੇ ਗੱਲਾਂ, ਬਾਕੀ ਜਿਹੜੀ ਇਹ ਧਾਰ ਤੂੰ ਵੱਡਾ ਧਾਰਮਿਕ ਮੈਂ ਵੱਡਾ ਧਾਰਮਿਕ ਜਾਂ ਤੂੰ ਛੋਟਾ ਧਾਰਮਿਕ ਮੈਂ ਵੱਡਾ ਧਾਰਮਿਕ, ਇਹ ਤੇ ਦੇਖੋ ਇਹ ਸਭ ਕੁਛ ਲੋਕਾਂ ਨੂੰ ਲਿਜਾਉਣ ਵਾਸਤੇ ਆ, ਸਭ ਕੁਛ ਲੋਕਾਂ ਨੂੰ ਲਿਜਾਉਣ ਵਾਸਤੇ ਆ। ਧਰਮ ਤੇ ਬੰਦੇ ਦੇ ਆਪਣੇ ਅਕੀਦੇ ਦੇ ਮੁਤਾਬਕ ਆ ਨਾ, ਉਹਦੀ ਨਿੱਜੀ ਜ਼ਿੰਦਗੀ ਦਾ ਹਿੱਸਾ ਹੈ, ਕਿਸੇ ਨੂੰ ਕੀ ਪਤਾ ਕਿ ਮੈਂ ਕਿਹੋ ਜਿਹੇ ਖਿਆਲ ਆਉਂਦਾ ਹੁੰਦਾ, ਮੈਂ ਆਪਣੀ ਨਿੱਜੀ ਜ਼ਿੰਦਗੀ ਚ ਕਿਸ ਤਰ੍ਹਾਂ ਦੀਆਂ ਮਾਨਤਾਵਾਂ ਰੱਖਦਾ। ਉਹ ਵਿਖਾਵਾ ਇਸੇ ਕਰਕੇ ਆ ਕਿ ਇਹ ਬੰਦਾ ਜਿਹੜਾ ਜੀ ਉਹ ਧਾਰਮਿਕ ਨਹੀਂ ਹੈ, ਆਪਣੇ ਧਰਮ ਦੇ ਵਿੱਚ ਉਹਨੂੰ ਛਟਿਆ ਕੇ ਪੇਸ਼ ਕੀਤਾ ਜਾਂਦਾ ਕਿ ਅਸੀਂ ਧਾਰਮਿਕ ਪੂਰੇ ਹਾਂ, ਆ ਤੁਹਾਡੇ ਧਰਮ ਦੇ ਮੁਤਾਬਕ ਸਾਨੂੰ ਵੋਟਾਂ ਪਾ ਦਿਓ ਜੀ। ਤਾਂ ਹੋ ਸਕਦਾ ਕਿ ਉਹਦਾ ਵਿਖਾਵਾ ਘੱਟ ਹੋਵੇ, ਅਮਲ ਦੇ ਵਿੱਚ ਤੁਹਾਡੇ ਨਾਲੋਂ ਜ਼ਿਆਦਾ ਤੁਹਾਡੇ ਹੀ ਧਰਮ ਦੀਆਂ ਸਿੱਖਿਆਵਾਂ ਰੱਖਦਾ ਹੋਵੇ, ਇਹ ਹੈ। ਬਾਕੀ ਹੁਣ ਕਾਂਗਰਸ ਦੀ ਕਾਂਗਰਸ ਨੂੰ ਧਰਮ ਦੇ ਰਾਹ ਤੇ ਚਲਾ ਕੇ ਖੁੱਲੇ ਰੂਪ ਚ ਮੰਦਰਾਂ ਚ ਲੀਡਰ ਪਹੁੰਚਾ ਕੇ ਜਨੇਊ ਧਾਰੀ ਬਣਾ ਕੇ ਉਹਨਾਂ ਨੇ ਇਹਦੇ ਚ ਵੀ ਸਫਲਤਾ ਕੱਢੀ ਆ, ਤੇ ਦੇਖ ਲਓ ਆ ਜਿਹੜੇ ਨਹਿਰੂ ਦੇ ਅੰਸ਼ ਵੰਸ਼ ਦੇ ਵਿੱਚੋਂ ਆ, ਵੇਖੋ ਕਿਵੇਂ ਜਾਂਦੇ ਮੰਦਰਾਂ ਦੇ ਵਿੱਚ।
जी 905-813-1320 लास्ट क्वेश्चन है। साबका एक एसटीएम नूहूर मामले विच दोषां दा सामना करना पिया, की कहना चाहोगे? हाँ जी देखो, ये एसडीएम बीबी इधर पट्टी एरिए दे विच तैनात रही है ते मुड़के ते एक केस बन गया सीगा, गवर्न दा केस सीगा, उहदे च 1,63,975 रुपए की राशि जिहड़ी आ कुछ अकाउंट्स दे विच पाई गई सी। हुण एक होर मामले दे विच जिहदे च इहने अपने सके भरा जिहदा नाम संदीप सिंह आ उहदे खाते च, मतलब कि जदों इधर जम्मू तों राजस्थान इधर नूं आउणी आ जिहड़ी सड़क वड्डी सड़क बणदी पई आ कि इहदे विच जमीन एक्वायर करन दा काम चलिया, तां इस बीबी ने अपने भरा नूं ही मालकीयत विखा के ते उहनूं मालामाल कर दित्ता। अच्छा, रुपया उहदे अकाउंट दे विच पवा दित्ता। सो एक गवन जिहड़ा पहला इहदे ते लग्गिया, दूजा एक होर लग गया। कमाल दी गल है कि पहले मामले च वी अज तक इह बीबी गिरफ्तार नहीं होई। अच्छा जी, पर इहदे विच इंटरेस्टिंग फैक्ट इह आ कि पुलिस ने चार्जशीट वी फाइल नहीं कीती। इह मामला जिहड़ा जे तुसी देखोगे 18-19 दा है, 18-19 दा दो साल निकल के दो की तीजा साल भी निकलने वाला ही हो जाना है। तो यह आ कि कहानी जी इस तरह की है कि अभी कह दें कि बीबिया हो गई गया, मैं वकालत भी की है कि जिमें जिमें बीबिया सिस्टम के आनगियां शायद असी मतलब कि एक वखरा सिस्टम देखांगे, वखरा निजाम देखांगे, पर कुछ बीबिया आके निराश भी कर दी जिदा ये एस डी एम बीबी है। और मैं जे भुलदा नहीं कि एस डी एम बीबी का मेरे ख्याल ਦੇ ਨਾਲ ਇੱਕ ਕਬੱਡੀ ਖਿਡਾਰੀ ਨਾਲ ਵਿਆਹ ਹੋਇਆ ਸੀ ਤੇ ਉਹਨਾਂ ਦੋਨਾਂ ਦਾ ਡਿਸਪਿਊਟ ਹੋਇਆ ਬਾਅਦ ਦੇ ਵਿੱਚ। ਤੇ ਖੈਰ ਇਹ ਮਾਮਲਾ ਜਿਹੜਾ ਸਧਾਰਨ ਮਾਮਲਾ ਨਹੀਂ ਹੈ ਕਿ ਇੱਕ ਐਸਡੀਐਮ, ਐਸਡੀਐਮ ਮਤਲਬ ਕਿ ਇੱਕ ਬਹੁਤ ਜਿੱਦਾਂ ਕਹਿ ਲਓ ਕਿ ਅਫਸਰਸ਼ਾਹੀ ਦੇ ਵਿੱਚ ਬਹੁਤ ਵੱਡਾ ਇੱਕ ਅਹੁਦਾ ਹੁੰਦਾ ਐਸਡੀਐਮ ਦਾ। ਤੇ ਕੋਈ ਇਸ ਤਰ੍ਹਾਂ ਆਪਾਂ ਦੇਖ ਲਈਏ ਤਾਂ 3-4 ਐਸਡੀਐਮ ਤਾਂ ਮੇਰੇ ਪੋਟਿਆਂ ਤੇ ਗਿਣੇ ਹੋਏ ਆ ਕਿ ਜਿਨ੍ਹਾਂ ਨੇ ਇਹੋ ਜਿਹੇ ਮਾਮਲਿਆਂ ਦੇ ਵਿੱਚ ਸਿੱਧੇ ਤੌਰ ਤੇ ਘਪਲੇ 'ਚ ਸ਼ਮੂਲੀਅਤ ਕੀਤੀ ਹੈ। ਮਿੱਟੂ ਜੀ, ਵੈਸੇ ਤਾਂ ਵਾਈਂਡ ਅਪ ਕਰਨ ਦਾ ਸਮਾਂ, ਪਰੰਤੂ 22-6518 ਟੈਕਸ ਕਰਦੇ ਨੇ ਕਿ ਬਾਈ ਜੀ ਰਾਘਵ ਚੱਡਾ ਦੀ ਪ੍ਰੈਸ ਕਾਨਫਰੰਸ ਬਾਰੇ ਪੁੱਛਿਓ, ਉਹ ਦਾਅਵਾ ਕਰ ਰਿਹਾ ਕਿ ਸੁਖਬੀਰ ਬਾਦਲ ਤੇ ਚੰਨੀ ਸਾਹਿਬ ਦੀ ਮੀਟਿੰਗ ਹੋਈ ਹੈ, ਹੈ ਕੋਈ ਜਾਣਕਾਰੀ? ਨਹੀਂ, ਸੁਖਬੀਰ ਬਾਦਲ ਨੇ ਦਾਅਵਾ ਕੀਤਾ ਸੀਗਾ ਕਿ ਕੈਪਟਨ ਚੰਨਣ ਸਿੰਘ ਦੇ ਫਾਰਮ ਹਾਊਸ ਤੇ ਜਸਟਿਸ ਰਣਜੀਤ ਸਿੰਘ, ਸੁਖਪਾਲ ਸਿੰਘ ਖਹਿਰਾ ਇਹਨਾਂ ਦੀ ਮੀਟਿੰਗ ਹੋਈ ਹੈ। ਅੱਛਾ, ਅੱਜ ਤੱਕ ਉਹ ਸਾਬਤ ਨਹੀਂ ਕਰ ਸਕੇ। ਹੁਣ ਜਾ ਕੇ ਇਹ ਕਹਿੰਦੇ ਆ ਕਿ ਇੱਕ ਫਾਰਮ ਹਾਊਸ ਤੇ ਚੰਨੀ ਤੇ ਸੁਖਬੀਰ ਸਿੰਘ ਬਾਦਲ ਦੀ ਮਿਲਣੀ ਹੋਈ ਹੈ ਤੇ ਇੱਕ ਡੀਲ ਹੋਈ ਆ। ਜਾਂ ਤਾਂ ਉਸ ਫਾਰਮ ਹਾਊਸ ਦਾ ਨਾਮ ਦੱਸੋ ਤੁਸੀਂ। ਕਹਿੰਦੇ ਲੋਕ ਪਤਾ ਕਰਨ, ਪੱਤਰਕਾਰ ਪਤਾ ਕਰਨ। ਗੱਲ ਇਹ ਆ ਕਿ ਇਲਜ਼ਾਮ ਲਾਉਣੇ ਤੇ ਬਹੁਤ ਸੁਖਾਲੇ ਹੁੰਦੇ ਆ। ਇੱਕ ਮਿਸਾਲ ਵੀ ਦੇ ਦਿੱਤੀ ਆ, ਇਲਜ਼ਾਮ ਦੀ ਮੈਂ ਮਿਸਾਲ ਵੀ ਦੇ ਦਿੱਤੀ ਹੈ ਤੁਹਾਨੂੰ ਕਿ ਸੁਖਬੀਰ ਸਿੰਘ ਬਾਦਲ ਨੇ ਵੀ ਇਸ ਤਰ੍ਹਾਂ ਦਾ ਇਨਕਸ਼ਾਫ ਕੀਤਾ ਸੀਗਾ। ਜੀ ਜੀ ਜੀ, ਬਾਕੀ ਹੁਣ ਦੇਖੋ ਗੱਲ ਕੀ ਹੈ ਕਿ ਆਪਾਂ ਆਪਣੀ ਇੱਕ ਮਰਿਆਦਾ ਹੈ, ਆਪਾਂ ਤੱਥਾਂ ਤੋਂ ਪਰੇ ਜਾ ਕੇ ਗੱਲ ਨਹੀਂ ਕਰਦੇ। ਇਹ ਠੀਕ ਹੈ ਨਾ? ਸੋ ਜੇ ਕਿਤੇ ਤੱਥ ਕੋਈ ਨਿਕਲਦੇ ਇਹੋ ਜਿਹੇ ਉਹਦੇ ਤੇ ਗੱਲ ਕਰ ਲਵਾਂਗੇ। ਜੇ ਇਹਨਾਂ ਦੇ ਮੁਤਾਬਕ ਆਪਾਂ ਚੱਲੀਏ ਕਿ ਫਲਾਣੇ ਨੇ ਆਹ ਕਹਿਤਾ, ਫਲਾਣੇ ਨੇ ਇਹ ਕਹਿਤਾ, ਇਹਨਾਂ ਨੇ ਜੋ ਕਹਿਣਾ ਉਹਦੇ ਚੋਂ 50% ਨੀ ਮੁੜ ਕੇ ਗਾਹ ਹੋ ਸਕਦਾ ਮੁਕੱਦਮਾ ਪੈ ਜਾਏ ਤੇ ਮਾਫ਼ੀ ਵੀ ਮੰਗ ਲੈਣੇ। ਜੀ ਬਿਲਕੁਲ, ਆਪਾਂ ਕਿਤੇ ਤੋਂ ਮਾਫ਼ੀ ਮੰਗਾਂਗੇ। ਬਿਲਕੁਲ ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਕੱਲ ਮਿਲਦੇ ਆ ਜੀ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।